ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਮੈਂ ਮਮਤਾ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਤੁਹਾਡੇ ਮੁਖਾਤਿਬ ਹੋਏ ਹਾਂ ਲੈ ਕੇ ਸਾਡੀ ਖਾਸ ਪੇਸ਼ਕਸ਼ ਸਿਆਸੀ ਹਲਚਲ, ਜਿਸ ਦੇ ਵਿੱਚ ਅਸੀਂ ਸਿਆਸਤ ਦੇ ਨਾਲ ਜੁੜੇ ਮੁੱਦਿਆਂ ਦੇ ਬਾਬਤ ਤੁਹਾਡੇ ਨਾਲ ਵਿਚਾਰ ਚਰਚਾ ਕਰਦੇ ਹਾਂ। ਅਤੇ ਸਟੂਡੀਓ ਦੇ ਵਿੱਚ ਸਭ ਦੇ ਲਈ ਮੇਰੇ ਨਾਲ ਮੌਜੂਦ ਰਹਿਣਗੇ ਮੇਰੇ ਸਹਿਯੋਗੀ ਸਿਮਰਨਜੀਤ ਧਾਲੀਵਾਲ ਜੀ। ਬਹੁਤ ਬਹੁਤ ਧੰਨਵਾਦ ਮਮਤਾ, ਤਾਂ ਨਾਲ ਹੀ ਮੈਂ ਫੈਕਟ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਸਵਾਗਤ ਕਰਦੀ ਹਾਂ ਜੀ। ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਅਤੇ ਤੰਦਰੁਸਤ ਹੋਵੋਗੇ। ਕਿਸੇ ਵੀ ਮੁੱਦੇ ਦੀ ਸ਼ੁਰੂਆਤ ਤੋਂ ਪਹਿਲਾਂ ਮੈਂ ਇੱਕ ਵਾਰ ਚਾਹਵਾਂਗੀ ਸਿਮਰਜੀਤ ਕਿ ਇੱਕ ਵਾਰ ਜਲੰਧਰ ਦੀ ਸੀਟ ਨੂੰ ਆਪਾਂ ਝਾੜ ਕੇ ਜੇਕਰ ਦੇਖ ਲਈਏ ਤਾਂ ਕਾਫੀ ਕੁਛ ਉਸ ਸੀਟ ਤੋਂ ਨਿਕਲ ਕੇ ਸਾਹਮਣੇ ਆਵੇਗਾ। ਹੌਟ ਸੀਟ ਤਾਂ ਹੈ ਹੀ, ਪਰ ਰੰਗਲੇ ਪੰਜਾਬ ਬਣਾਉਣ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀ ਪੰਜਾਬ ਸਰਕਾਰ ਦੇ ਵੱਲੋਂ, ਤਾਂ ਅੱਜ ਰੰਗਲਾ ਪੰਜਾਬ ਬਣਾਉਣ ਦੇ ਤਹਿਤ ਅਤੇ ਵੋਟਾਂ ਜਿੱਤਣ ਦੇ ਤਹਿਤ ਅੱਜ ਜਲੰਧਰ ਪਹੁੰਚ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ। ਅਤੇ ਇਸੇ ਦੇ ਨਾਲ ਹੁਣ ਜਲੰਧਰ ਸੀਟ ਦਾ ਆਪਾਂ ਪਹਿਲਾਂ ਜ਼ਿਕਰ ਕਰਾਂਗੇ। ਪਵਨ ਕੁਮਾਰ ਟੀਨੂ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ, ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ? ਤਾਂ ਬਿਲਕੁਲ ਮਮਤਾ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਰੰਗਲਾ ਪੰਜਾਬ ਬਣਾਉਣ ਦੀ ਹਰ ਤਰੀਕੇ ਨਾਲ ਕੋਸ਼ਿਸ਼ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਮੌਜੂਦਾ ਸਰਕਾਰ ਹੈ। ਤਾਂ ਉੱਥੇ ਜੇ ਅਸੀਂ ਗੱਲ ਕਰੀਏ ਤਾਂ ਅੱਜ ਜਿਹੜਾ ਪ੍ਰਚਾਰ ਹੈ ਪਵਨ ਕੁਮਾਰ ਟੀਨੂ ਦੇ ਹੱਕ ਦੇ ਵਿੱਚ ਹੋਇਆ, ਹਾਲਾਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ 'ਚ ਬੀਤੇ ਦਿਨ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਸੀ। ਗੁਰਦਾਸਪੁਰ ਰੈਲੀ ਕੀਤੀ ਗਈ ਸੀ, ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਮਤਲਬ ਉਹਨਾਂ ਦਾ ਪ੍ਰਚਾਰ ਕੀਤਾ ਗਿਆ ਸੀ। ਅਤੇ ਹੁਣ ਜੇ ਅਸੀਂ ਵੇਖੀਏ ਤਾਂ ਪਵਨ ਕੁਮਾਰ ਟੀਨੂ ਦੇ ਲਈ ਜੋ ਇਹ ਪ੍ਰਚਾਰ ਹੈ ਕਾਫੀ ਅਹਿਮ ਜਲੰਧਰ ਸੀਟ ਲਈ ਰਹਿੰਦਾ, ਕਿਉਂਕਿ ਜਲੰਧਰ ਸੀਟ ਕਾਫੀ ਅਹਿਮ ਸੀ ਤਾਂ ਕਾਫੀ ਹਾਈਲਾਈਟ ਵੀ ਰਹੀ, ਕਿਉਂਕਿ ਇੱਥੋਂ ਜੇ ਅਸੀਂ ਵੇਖੀਏ ਤਾਂ ਇਕੱਲੀ ਆਮ ਆਦਮੀ ਪਾਰਟੀ ਨਹੀਂ ਤਾਂ ਕਾਂਗਰਸ ਵੱਲੋਂ, ਭਾਜਪਾ ਵੱਲੋਂ ਅਲੱਗ ਅਲੱਗ ਤਰੀਕੇ ਨਾਲ ਜਿਹੜੇ ਉਮੀਦਵਾਰਾਂ ਦਾ ਜਿਸ ਤਰੀਕੇ ਦੇ ਨਾਲ ਚੋਣ ਕੀਤੀ ਗਈ ਉਹ ਚੋਣ ਕਾਫੀ ਇੰਪੋਰਟੈਂਟ ਹੈ। ਅਤੇ ਜੋ ਉੱਥੇ ਦੇਖੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਅਤੇ ਪ੍ਰਚਾਰ ਕਰਦੇ ਉਹਨਾਂ ਨੇ ਪਵਨ ਕੁਮਾਰ ਟੀਨੂ ਨੂੰ ਇੱਕ ਬਹੁਤ ਵੱਡਾ ਹੌਸਲਾ ਦਿੱਤਾ, ਕਿਉਂਕਿ ਕਿਤੇ ਨਾ ਕਿਤੇ ਜਿਹੜੀ ਇਹ ਸੀਟ ਹੈ ਡਗਮਗਾਉਂਦੀ ਹੋਈ ਨਜ਼ਰ ਆ ਰਹੀ ਸੀ, ਕਿਉਂਕਿ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਜੀ ਨੇ ਉਹਨਾਂ ਉਹ ਪਹਿਲਾਂ ਇੱਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਐਲਾਨੇ ਗਏ ਸੀ, ਪਰ ਬਾਅਦ ਵਿੱਚ ਕੀ ਹੋਇਆ ਕਿ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਤਾਂ ਆਮ ਆਦਮੀ ਪਾਰਟੀ ਇੱਕ ਹਿਸਾਬ ਦੀ ਖਾਲੀ ਹੋ ਗਈ ਸੀ। ਉਸ ਤੋਂ ਬਾਅਦ ਪਵਨ ਕੁਮਾਰ ਟੀਨੂ ਨੂੰ ਟਿਕਟ ਦਿੱਤੀ ਗਈ, ਹਾਲਾਂਕਿ ਪਵਨ ਕੁਮਾਰ ਟੀਨੂ ਦਾ ਵੀ ਇੱਕ ਬਹੁਤ ਵੱਡਾ ਦਬਦਬਾ ਜਲੰਧਰ ਦੇ ਵਿੱਚ ਹੈਗਾ ਆ। ਬਟ ਅਸੀਂ ਇਹ ਚੀਜ਼ ਵੇਖ ਸਕਦੇ ਹਾਂ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਸੀ ਤਾਂ ਉਸੇ ਰੁਟੀਨ ਦੇ ਵਿੱਚ ਹੀ ਮੈਨੂੰ ਲੱਗਦਾ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਲੋਕ ਸਭਾ ਚੋਣਾਂ ਦੇ ਲਈ ਵੀ ਉਸੇ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਜਾ ਰਿਹਾ। ਤਾਂ ਪਵਨ ਕੁਮਾਰ ਟੀਨੂ ਦੇ ਹੱਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਪ੍ਰਚਾਰ ਕਰ ਰਹੇ ਨੇ ਤਾਂ ਇੱਕ ਚੰਗਾ ਮੈਸੇਜ ਲੋਕਾਂ ਦੇ ਵਿੱਚ ਆ ਰਿਹਾ। ਤਾਂ ਬਿਲਕੁਲ ਇਹ ਇਸ ਦੇ ਵਿੱਚ ਦੋ ਤਿੰਨ ਗੱਲਾਂ ਬਿਲਕੁਲ ਗੌਰ ਦੇਣ ਵਾਲੀਆਂ ਨੇ ਸਿਮਰਜੀਤ। ਸਭ ਤੋਂ ਪਹਿਲਾਂ ਤਾਂ ਕੈਂਡੀਡੇਟ ਜਿਹੜੇ ਨੇ ਉਹ ਕਈ ਪਾਰਟੀਆਂ ਦੇ ਵੱਲੋਂ ਉਧਾਰੇ ਲੈ ਗਏ ਨੇ, ਚਾਹੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਜਾਂ ਫਿਰ ਆਪਾਂ ਭਾਜਪਾ ਦੀ ਗੱਲ ਕਰ ਲਈਏ, ਅਤੇ ਇਸੇ ਦੇ ਨਾਲ ਨਾਲ ਹੋਰ ਜਿਹੜੀਆਂ ਸਿਆਸੀ ਪਾਰਟੀਆਂ ਨੇ ਜਿਵੇਂ ਸ਼੍ਰੋਮਣੀ ਅਕਾਲੀ ਦਲ, ਸਿਰਫ ਕਾਂਗਰਸ ਨੇ ਹੀ ਆਪਣਾ ਜਿਹੜਾ ਖੁਦ ਦਾ ਕੈਂਡੀਡੇਟ ਹੈ ਉਤਾਰਿਆ ਹੈ, ਸਾਬਕਾ ਮੁੱਖ ਮੰਤਰੀ ਚਰਨਜੀਤ ਚੱਲੀ। ਹੁਣ ਜਿਵੇਂ ਤੁਸੀਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕੀਤਾ, ਇੱਥੇ ਇਹ ਵੀ ਦੱਸਣਾ ਬਣਦਾ ਹੈ ਵੀ 2022 ਦੇ ਵਿੱਚ ਜਦੋਂ ਅਸੀਂ ਵੀ ਗਰਾਊਂਡ ਜ਼ੀਰੋ ਦੇ ਉੱਤੇ ਖੁਦ ਜਾ ਕੇ, ਮੈਂ ਖੁਦ ਰਿਪੋਰਟਿੰਗ ਕਰਦੀ ਰਹੀ ਹਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਸੀ, ਤਾਂ ਉਸ ਵੇਲੇ ਕੀ ਸੀਗਾ ਕਿ ਜਿਹੜੇ ਲੋਕ ਸੀਗੇ ਉਹ ਅੱਕੇ ਪਏ ਸੀਗੇ ਰਵਾਇਤੀ ਪਾਰਟੀਆਂ ਦੇ ਵੱਲੋਂ। ਲੋਕ ਇੱਥੋਂ ਤੱਕ ਕਹਿੰਦੇ ਸੀ ਬਈ ਬੇਸ਼ੱਕ ਜਿਹੜੀ ਵੀ ਨਵੀਂ ਪਾਰਟੀ ਆਵੇਗੀ ਉਹ ਸਾਡੇ ਕੰਮ ਨਾ ਸਵਾਰੇ, ਪਰ ਇਸ ਵਾਰੀ ਅਸੀਂ ਇਹਨਾਂ ਨੂੰ ਨਹੀਂ ਜਿਤਾਉਣਾ, ਇਹਨਾਂ ਨੂੰ ਅਸੀਂ ਸਬਕ ਸਵਕਾ ਕੇ ਰਹਿਣਾ। ਇੱਕ ਤਾਂ ਇਹ ਪੁਆਇੰਟ ਸੀ, ਦੂਸਰਾ ਲੋਕ ਅੱਕੇ ਵੀ ਪਏ ਸੀਗੇ ਅਤੇ ਇਸ ਦੇ ਨਾਲ ਨਾਲ ਲੋਕਾਂ ਦਾ ਇਹ ਮੰਨਣਾ ਸੀ ਕਿ ਸ਼ਾਇਦ ਕੋਈ ਨਵਾਂ ਆਵੇਗਾ ਤਾਂ ਸਾਡੀ ਵਾਂਹ ਫੜੇਗਾ, ਸ਼ਾਇਦ ਜਿਹੜੇ ਸਾਡੇ ਦੁੱਖ ਆ ਉਹ ਸੁਣੇਗਾ ਅਤੇ ਹੱਲ ਹੋ ਜਾਵੇਗਾ।
ਖੈਰ ਕਿੰਨਾ ਕੁ ਹੱਲ ਹੋਇਆ ਇਹ ਤਾਂ ਪੰਜਾਬ ਦੀ ਜਨਤਾ ਜਿਹੜੀ ਹੈ ਖੁਦ ਹੀ ਦੱਸ ਸਕਦੀ ਹੈ, ਅਤੇ ਇਸ ਦੇ ਬਾਬਤ ਅਸੀਂ ਤਾਂ ਕੋਈ ਟਿੱਪਣੀ ਜਿਹੜੀ ਹੈ ਉਹ ਨਹੀਂ ਕਰ ਸਕਦੇ। ਹੁਣ ਮੁੱਦਿਆਂ ਨੂੰ ਜੇਕਰ ਗੱਲ ਕਰ ਲਈਏ ਤਾਂ ਉਸ ਸਮੇਂ ਇੱਕ ਭਰਵਾਂ ਹੁੰਗਾਰਾ ਮਿਲਿਆ, ਹੁੰਝਾ ਫਿਰ ਜਿੱਤ ਹਾਸਲ ਕੀਤੀ ਗਈ, ਚਾਹੇ ਫਿਰ ਉਸ ਤੋਂ ਬਾਅਦ ਜਿਵੇਂ ਜ਼ਿਮਨੀ ਚੋਣਾਂ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ, ਤਾਂ ਠੀਕ ਆ 92 ਵਿਧਾਇਕ ਬਣ ਗਏ, ਪਰ ਉਸ ਤੋਂ ਬਾਅਦ ਜ਼ਿਮਨੀ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਹੁੰਗਾਰਾ ਮਿਲਿਆ, ਜਿਸ ਤਰੀਕੇ ਦੇ ਨਾਲ ਸੁਸ਼ੀਲ ਰਿੰਕੂ ਇੱਕ ਵੱਡੀ ਮਾਰਜਨ ਦੇ ਨਾਲ ਜਿੱਤਦੇ ਨੇ, ਅਤੇ ਉੱਥੇ ਵੀ ਜਦੋਂ ਆਪਾਂ ਯਾਦ ਕਰਦੇ ਹਾਂ ਇਹ ਵੀ ਦਿਮਾਗ ਦੇ ਵਿੱਚ ਕੁਝ ਤਸਵੀਰਾਂ ਘੁੰਮਦੀਆਂ ਨੇ ਜਦੋਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜਾ ਕੇ ਉੱਥੇ ਪ੍ਰਚਾਰ ਕਰਦੇ ਨੇ, ਹਾਲਾਂਕਿ ਕਈ ਵਾਰ ਜ਼ਿਕਰ ਉਹਨਾਂ ਦਾ ਉੱਠ ਜਾਂਦਾ ਹੈ, ਹੁਣ ਉਹ ਫਿਲਹਾਲ ਜੇਲ੍ਹ ਦੇ ਵਿੱਚ ਬੰਦ ਨੇ, ਕਿ ਕੋਈ ਵੀ ਵੱਡਾ ਜਿਹੜਾ ਐਲਾਨ ਹੈ, ਕੋਈ ਵੀ ਕਿਸੇ ਵੀ ਤਰੀਕਾ ਦੀ ਜਿਹੜੀ ਤਜਵੀਜ਼ ਹੈ ਉਹ ਅਰਵਿੰਦ ਕੇਜਰੀਵਾਲ ਨੂੰ ਮੁੱਖ ਰੱਖ ਕੇ ਹੀ ਕੀਤੀ ਜਾਂਦੀ ਸੀ, ਹਾਲਾਂਕਿ ਉਹ ਤਾਂ ਹੁਣ ਐਲਾਨ ਕਰਨ ਦੇ ਲਈ ਜਾਂ ਫਿਰ ਕੋਈ ਵੀ ਵਾਅਦਾ ਕਰਨ ਦੇ ਲਈ ਇੱਥੇ ਮੌਜੂਦ ਨਹੀਂ ਹੈ, ਪਰ ਕਮਾਨ ਜਿਹੜੀ ਹੈ ਉਹ ਪੂਰੇ ਚੰਗੇ ਤਰੀਕੇ ਦੇ ਨਾਲ ਸਰਦਾਰ ਭਗਵੰਤ ਮਾਨ ਸੰਭਾਲਦੇ ਹੋਏ ਨਜ਼ਰ ਆਏ ਨੇ। ਹੁਣ ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀ ਕਿ 2022 ਦੀਆਂ ਚੋਣਾਂ ਦੇ ਵਿੱਚ ਤਾਂ ਉਹਨਾਂ ਨੂੰ ਜਿੱਤ ਮਿਲ ਗਈ, ਪਰ ਸਵਾਲ ਵੱਡਾ ਇਹ ਹੈ ਕਿ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੁਣ ਸਰਕਾਰ ਨੂੰ ਹੋ ਗਿਆ, ਕਿ ਹੁਣ ਵੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਉਸੇ ਤਰ੍ਹਾਂ ਦਾ ਭਰੋਸਾ ਜਿਹੜਾ ਜਤਾਵੇਗੀ? ਪੰਜਾਬ ਦੀ ਜਨਤਾ ਕਿਸ ਦੇ ਹੱਕ ਦੇ ਵਿੱਚ ਫੈਸਲਾ ਲਏਗੀ ਇਹ ਤਾਂ ਵੋਟਾਂ ਦੇ ਦਿਨ ਪਤਾ ਲੱਗੇਗਾ, ਚੋਣਾਂ ਵਾਲੇ ਦਿਨ ਪਤਾ ਲੱਗੇਗਾ, ਪਰ ਹਾਂ ਇਹਨਾਂ ਜ਼ਰੂਰ ਕਹਿ ਸਕਦੇ ਹਾਂ ਕਿ ਪੰਜਾਬ ਸਰਕਾਰ ਦੇ ਵੱਲੋਂ ਬਹੁਤ ਸਾਰੇ ਉਪਰਾਲੇ ਕੀਤੇ ਗਏ ਹੈ। ਹਰ ਸਰਕਾਰ ਦੇ ਵਿੱਚ ਚੰਗਿਆਈਆਂ ਵੀ ਹੁੰਦੀਆਂ ਨੇ, ਖਾਮੀਆਂ ਵੀ ਹੁੰਦੀਆਂ ਨੇ। ਜੇ ਅਸੀਂ ਮਾਨ ਸਰਕਾਰ ਦੀ ਗੱਲ ਕਰ ਲਈ ਜਾਵੇ ਤਾਂ ਕਿਤੇ ਕਿਤੇ ਪੱਧਰ ਨੂੰ ਉੱਚਾ ਲੈ ਕੇ ਜਾਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਹੈ। ਹਰ ਸਰਕਾਰ ਆਪਦੇ ਸਮੇਂ 'ਤੇ ਸਿੱਖਿਆ ਦਾ ਪੱਧਰ ਉੱਚਾ ਚੱਕਣ ਦੇ ਲਈ, ਜੀਵਨ ਨੂੰ ਕਿਸ ਤਰੀਕੇ ਦੇ ਨਾਲ ਹੋਰ ਅੱਗੇ ਵਧਾਇਆ ਜਾਵੇ, ਚੰਗੇ ਤਰੀਕੇ ਨਾਲ ਜੀਆ ਜਾਵੇ, ਉਸ ਦੀਆਂ ਉਪਲਬਧੀਆਂ ਵੀ ਹੈ ਜਿਵੇਂ ਮਾਨ ਸਰਕਾਰ ਗਿਣਾਉਂਦੀ ਰਹਿੰਦੀ ਹੈ। ਅਤੇ ਨਾਲ ਹੀ ਜੇ ਅਸੀਂ ਬਿਜਲੀ ਪਾਣੀ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਸੁਵਿਧਾਵਾਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਹੋਈਆਂ ਨੇ, ਕੁਝ ਖਾਮੀਆਂ ਵੀ ਰਹਿੰਦੀਆਂ ਨੇ, ਪਰ ਉਹ ਲੱਗਦਾ ਹੈ ਕਿ ਹਰ ਸਰਕਾਰ ਜਦੋਂ ਵੀ ਕੰਮ ਕਰਦੀ ਹੈ, ਜਦੋਂ ਪੈਰ ਪਾਉਂਦੀ ਹੈ ਤਾਂ ਕੋਈ ਨਾ ਕੋਈ ਖਾਮੀਆਂ ਰਹਿ ਹੀ ਜਾਂਦੀਆਂ। ਜੇ ਅਸੀਂ ਦੇਖੀਏ ਤਾਂ ਜੇ ਅਸੀਂ ਜਿਵੇਂ ਅੱਜ ਅਸੀਂ ਜਲੰਧਰ ਸੀਟ 'ਤੇ ਗੱਲ ਕਰ ਰਹੇ ਹਾਂ ਤਾਂ ਸੁਸ਼ੀਲ ਕੁਮਾਰ ਰਿੰਕੂ ਇਸ ਜਗ੍ਹਾ 'ਤੇ ਸੀ ਪਹਿਲਾਂ, ਤਾਂ ਪੰਜਾਬ ਦੇ ਲੋਕਾਂ ਨੇ ਇੱਕ ਬਹੁਤ ਵੱਡਾ ਹੁੰਗਾਰਾ ਦਿੱਤਾ ਸੀ ਅਤੇ ਉਹਨਾਂ ਨੂੰ ਜਲੰਧਰ ਸੀਟ ਤੋਂ ਜ਼ਿਮਨੀ ਚੋਣਾਂ ਦੇ ਵਿੱਚ ਇੱਕ ਚੰਗੀ ਜਿੱਤ ਜਿਹੜੀ ਉਹਨਾਂ ਨੂੰ ਦਿੱਤੀ ਸੀ। ਪਰ ਹੁਣ ਜੇ ਅਸੀਂ ਦੇਖੀਏ ਤਾਂ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਟਵਿਸਟ ਜਿਹਾ ਨਜ਼ਰ ਆਉਂਦਾ ਹੈ, ਕਿਉਂਕਿ ਲੋਕ ਬਹੁਤ ਪਰੇਸ਼ਾਨ ਨੇ, ਖੁਦ ਇੱਕ ਭੰਬਲ ਭੂਸੇ 'ਚ ਫਸੇ ਹੋਏ ਨੇ, ਕਿਉਂਕਿ ਹਰ ਇੱਕ ਕਿਉਂਕਿ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਦੀ ਪਹਿਚਾਣ ਆਮ ਆਦਮੀ ਪਾਰਟੀ ਕਰਕੇ ਸੀ ਜਲੰਧਰ ਦੇ ਵਿੱਚ, ਪਰ ਹੁਣ ਜਦੋਂ ਭਾਜਪਾ ਚਲੇ ਗਏ ਤਾਂ ਲੋਕ ਕਨਫਿਊਜ਼ ਨੇ, ਸੋਚਣ ਲਈ ਮਜਬੂਰ ਨੇ ਕਿ ਪਹਿਲਾਂ ਅਸੀਂ ਚਿਹਰਾ ਵੇਖਿਆ ਅਤੇ ਪਾਰਟੀ ਵੇਖੀ, ਹੁਣ ਅਸੀਂ ਪਾਰਟੀ ਵੇਖੀਏ ਚਿਹਰਾ ਵੇਖੀਏ, ਕਿਉਂਕਿ ਦੋਨੋਂ ਚੀਜ਼ਾਂ ਬਹੁਤ ਜ਼ਿਆਦਾ ਕੰਪਲੀਕੇਟਡ ਹੋਈਆਂ ਪਈਆਂ ਨੇ। ਪਹਿਲਾਂ ਇੱਕ ਲਹਿਰ ਚੱਲੀ ਸੀ ਕਿ ਪਾਰਟੀ ਦਾ ਨਾਮ ਵੇਖ ਕੇ ਵੋਟਾਂ ਪਾਈਆਂ ਗਈਆਂ, ਫਿਰ ਲਹਿਰ ਚੱਲੀ ਕਿ ਸੁਸ਼ੀਲ ਕੁਮਾਰ ਰਿੰਕੂ ਜਿਵੇਂ ਜ਼ਿਮਨੀ ਚੋਣ ਸੀ ਪਿਛਲੇ ਇਲੈਕਸ਼ਨ ਦੀ ਗੱਲ ਕਰ ਲੈਂਦੇ ਹਾਂ ਤਾਂ ਉਦੋਂ ਸੁਸ਼ੀਲ ਕੁਮਾਰ ਰਿੰਕੂ ਦਾ ਵੀ ਦਬਦਬਾ ਸੀ ਜਲੰਧਰ ਸੀਟ 'ਤੇ, ਨਾਲ ਆਮ ਆਦਮੀ ਪਾਰਟੀ ਦਾ ਨਾਮ ਸੀ ਤਾਂ ਇੱਕ ਵਧੀਆ ਹੁੰਗਾਰਾ ਮਿਲਿਆ। ਪਰ ਇਸ ਵਾਰ ਜੇ ਅਸੀਂ ਵੇਖੀਏ ਤਾਂ ਲੋਕ ਖੁਦ ਹੀ ਕਨਫਿਊਜ਼ ਨੇ, ਉਹ ਪਾਰਟੀ ਵੇਖਣ ਜਾਂ ਫਿਰ ਉਹ ਪਰਟੀਕੁਲਰ ਉਮੀਦਵਾਰ ਨੂੰ ਵੇਖਣ ਕਿ ਕਿਸ ਦੇ ਨਾਮ 'ਤੇ ਵੋਟ ਪਾਈ ਜਾਵੇ, ਕਿਉਂਕਿ ਸਾਬਕਾ CM ਚੰਨੀ ਦੀ ਅਸੀਂ ਜੇ ਗੱਲ ਕਰੀਏ ਇੱਕ ਵਧੀਆ ਨਾਮ ਉੱਥੇ ਗਿਆ ਤਾਂ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੇ ਨੇ। ਤਾਂ ਉਸ ਤੋਂ ਬਾਅਦ ਜੇ ਅਸੀਂ ਹੋਰ ਵੀ ਕੈਂਡੀਡੇਟ ਦੀ ਗੱਲ ਕਰੀਏ ਤਾਂ ਇੱਕ ਅਜਿਹਾ ਕਲੈਸ਼ ਇੱਥੇ ਵੇਖਣ ਨੂੰ ਮਿਲ ਰਿਹਾ, ਕਿਉਂਕਿ ਇੱਕ ਉਮੀਦਵਾਰਾਂ ਦੀ ਇੱਕ ਜ਼ਬਰਦਸਤ ਟੱਕਰ ਇੱਥੇ ਵੇਖਣ ਨੂੰ ਮਿਲੂਗੀ, ਕਿਉਂਕਿ ਲੋਕ ਇੱਥੇ ਇਸ ਗੱਲ ਨੂੰ ਲੈ ਕੇ ਮੈਨੂੰ ਲੱਗਦਾ ਹੈ ਕਿ ਜ਼ਰੂਰ ਇੱਥੇ ਇਹ ਤਣਾਅ ਹੈਗਾ ਕਿ ਲੋਕਾਂ ਨੂੰ ਇਹ ਲੱਗਦਾ ਕਿ ਉਹ ਪਾਰਟੀ ਵੇਖਣ ਜਾਂ ਚਿਹਰੇ ਵੇਖਣ। ਤਾਂ ਹੁਣ ਬਾਕੀ ਚੋਣਾਂ ਨੂੰ ਲੈ ਕੇ ਜਿਵੇਂ ਤੁਸੀਂ ਮੇਰੇ ਤੋਂ ਪੁੱਛਿਆ ਕਿ ਲੋਕ ਕਿਸ ਨੂੰ ਜ਼ਿਆਦਾ ਵੀ ਜ਼ਿਆਦਾ ਵੋਟ ਪਾਉਣਗੇ ਜਾਂ ਚੋਣ ਕਰਨਗੇ ਜਿਸ ਕੋਈ ਵੀ ਤਰੀਕੇ ਦੇ ਨਾਲ, ਤਾਂ ਇਹੀ ਕਹੂੰਗੀ ਮੈਂ ਕਿ ਚੋਣਾਂ ਵਾਲੇ ਦਿਨ ਹੀ ਐਗਜੈਕਟ ਪਤਾ ਲੱਗੇ, ਕਿਉਂਕਿ ਲੋਕ ਇਸ ਸਮੇਂ ਕਾਫੀ ਮੁਸ਼ਕਿਲ ਦੇ ਵਿੱਚ ਨਜ਼ਰ ਆ ਰਹੇ ਨੇ। ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਇਹ ਤਾਂ ਲੋਕ ਹੀ ਦੱਸਣਗੇ, ਫਤਵਾ ਜਿਹੜਾ ਉਹ ਹਮੇਸ਼ਾ ਹੀ ਜਨਤਾ ਦੇ ਹੱਥ ਦੇ ਵਿੱਚ ਹੁੰਦਾ, ਕਿਉਂਕਿ ਜਿਸ ਵੇਲੇ ਜਲੰਧਰ ਦੇ ਵਿੱਚ ਜ਼ਿਮਨੀ ਚੋਣਾਂ
ਕੀਤੀਆਂ ਹੋਈਆਂ, ਕਿਉਂਕਿ ਵਾਰ ਵਾਰ ਅਸੀਂ ਇਹ ਜ਼ਿਕਰ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਾਂ ਕਿ ਜਲੰਧਰ ਜਿਹੜਾ ਹੈ ਉਹ ਸਿਮਰਨ ਕਾਂਗਰਸ ਦਾ ਗੜ੍ਹ ਮੰਨਿਆ ਜਾਂਦਾ ਰਿਹਾ, ਲੰਮੇ ਸਮੇਂ ਤੋਂ ਕਾਂਗਰਸ ਉੱਥੋਂ ਜਿੱਤਦੀ ਆ ਰਹੀ ਸੀ ਅਤੇ ਉਸ ਵੇਲੇ ਵੀ ਇਹੀ ਮਤਲਬ ਪੂਰੀ ਤਰ੍ਹਾਂ ਕੌਨਫੀਡੈਂਟ ਨਜ਼ਰ ਆਏ ਸੀ, ਜਿਸ ਤਰੀਕੇ ਦੇ ਨਾਲ ਅਸੀਂ ਪੋਲੀਟੀਕਲ ਲੀਡਰਾਂ ਦੇ ਨਾਲ ਵੀ ਗੱਲਬਾਤ ਕੀਤੀ, ਉੱਥੋਂ ਦੀ ਜਨਤਾ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਪੂਰੀ ਤਰ੍ਹਾਂ ਸਭ ਕੌਨਫੀਡੈਂਟ ਇਸ ਤਰੀਕੇ ਦੇ ਨਾਲ ਨਜ਼ਰ ਆ ਰਹੇ ਸੀ ਕਿ ਇਸ ਵਾਰੀ ਵੀ ਕਾਂਗਰਸ ਦੇ ਹੱਥ ਹੀ ਜਿਹੜੀ ਕਮਾਨ ਹੈ ਉਹ ਜਲੰਧਰ ਦੀ ਜਾਵੇਗੀ। ਪਰ ਆਖਿਰਕਾਰ ਰਿਜ਼ਲਟ ਨੇ ਸਭ ਨੂੰ ਹੈਰਾਨ ਕੀਤਾ ਅਤੇ ਇੱਕ ਵੱਡੇ ਮਾਰਜਨ ਦੇ ਨਾਲ ਸੁਸ਼ੀਲ ਰਿੰਕੂ ਉੱਥੋਂ ਜਿੱਤ ਗਏ। ਹੁਣ ਜਲੰਧਰ ਦੀ ਗੱਲ ਕਰ ਰਹੇ ਤਾਂ ਜਲੰਧਰ ਦੇ ਅਹਿਮ ਮੁੱਦੇ ਦੀ ਗੱਲ ਕਰ ਲਈ, ਸਭ ਤੋਂ ਪਹਿਲਾਂ ਜਲੰਧਰ ਨੂੰ ਸਮਾਰਟ ਸਿਟੀ ਦੇ ਵਿੱਚ ਕਾਊਂਟ ਕੀਤਾ ਜਾਂਦਾ, ਪਰ ਜੇਕਰ ਉੱਥੋਂ ਜਲੰਧਰ ਦੀ ਆਪਾਂ ਗੱਲ ਕਰੀਏ, ਬਹੁਤ ਜ਼ਿਆਦਾ ਸੁਧਾਰ ਕਰਨ ਦੀ ਲੋੜ ਹੈ, ਬਹੁਤ ਜ਼ਿਆਦਾ ਬੁਰੇ ਉੱਥੇ ਹਾਲਾਤ, ਜੇਕਰ ਅਸੀਂ ਗਰਾਊਂਡ ਜ਼ੀਰੋ ਦੇ ਉੱਤੇ ਜਾ ਕੇ ਦੇਖੀਏ ਬਹੁਤ ਸਾਰੀ ਜਗ੍ਹਾ 'ਤੇ ਬਹੁਤ ਜ਼ਿਆਦਾ, ਕਿਉਂਕਿ ਜਿਵੇਂ MP ਚੋਣਾਂ ਹੋ ਰਹੀਆਂ ਨੇ ਤਾਂ MP ਦਾ ਇੱਕ ਵੱਡਾ ਫਰਜ਼ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਵਿਕਾਸ ਕਾਰਜ ਜਿਹੜੇ ਨੇ ਉਹ ਪਰਟੀਕੁਲਰ ਏਰੀਆ ਦੇ ਵਿੱਚ ਕਰਵਾਏ ਜਾਣ, ਪਰ ਵਿਕਾਸ ਜਿਹੜਾ ਉਸ ਹੱਦ ਤੱਕ ਹੁੰਦਾ ਹੈ ਨਜ਼ਰ ਨਹੀਂ ਹੈ। ਇਸ ਤੋਂ ਇਲਾਵਾ ਲੋਕਾਂ ਦੇ ਕਈ ਸਾਰੇ ਅਹਿਮ ਮੁੱਦੇ ਨੇ ਜਿਹੜੇ ਉਹ ਕਿ ਹੱਲ ਹੁੰਦੇ ਹੋਏ ਨਜ਼ਰ ਨਹੀਂ ਹੈ। ਬੇਸ਼ੱਕ ਚੌਧਰੀ ਪਰਿਵਾਰ ਦੀ ਗੱਲ ਕੀਤੀ ਜਾਵੇ ਜਾਂ ਮਰਹੂਮ ਸਵਰਗਵਾਸੀ ਚੌਧਰੀ ਸੰਤੋਖ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦੇ ਨਾਲ ਉਹਨਾਂ ਦਾ ਚੰਗਾ ਮੇਲ ਮਿਲਾਪ ਸੀ, ਮੁੱਦੇ ਹੱਲ ਵੀ ਕਰਵਾਉਂਦੇ ਸੀ, ਪਰ ਇੱਕ ਹੁੰਦਾ ਹੈ ਕਿ ਵੀ ਹਾਂ ਇਸ ਹੱਦ ਤੱਕ ਕੋਈ ਕਿਸੇ ਚੀਜ਼ ਦੀ ਰਿਕੁਆਇਰਮੈਂਟ ਜਿਸ ਤਰੀਕੇ ਦੇ ਨਾਲ ਹੁੰਦੀ ਹੈ ਉਹ ਤਾਂ ਫੁਲਫਿਲ ਹੁੰਦੀ ਹੋਈ ਨਜ਼ਰ ਨਹੀਂ ਆਈ। ਅਤੇ ਮੁੱਦੇ ਦੀ ਵੀ ਅਸੀਂ ਜ਼ਿਕਰ ਕੀਤਾ ਅਤੇ ਇਸੇ ਨਾਲ ਆਪਾਂ ਕੈਂਡੀਡੇਟਸ ਦਾ ਵੀ ਜ਼ਿਕਰ ਕੀਤਾ ਅਤੇ ਇਸੇ ਦੇ ਨਾਲ ਨਾਲ ਜਿਵੇਂ ਉਹ ਚੋਣਾਂ ਦੇ ਰਿਜ਼ਲਟ ਨੇ ਹੈਰਾਨ ਕਰ ਦਿੱਤਾ ਸੀ, ਬਿਲਕੁਲ ਫਤਵਾ ਜਿਹੜਾ ਹੈ ਉਹ ਜਨਤਾ ਦੇ ਹੱਥ ਵਿੱਚ ਹੀ ਹੁੰਦਾ ਹੈ ਕਿ ਕਿਸ ਤਰੀਕੇ ਦਾ ਵੋਟ ਮਾਰਜਨ ਦੇ ਕੇ ਕਿਹੜੇ ਪਰਟੀਕੁਲਰ ਕੈਂਡੀਡੇਟ ਨੂੰ ਜਿਤਾਉਣਾ ਹੈ। ਕਨਫਿਊਜ਼ ਵੀ ਜ਼ਰੂਰ ਨਜ਼ਰ ਆ ਰਹੇ ਹੋਣਗੇ, ਕਿਉਂਕਿ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਵੀ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੇ ਲਈ ਵੱਡਾ ਇਹ ਪਰਟੀਕੁਲਰ ਕਾਰਨ ਸੀ, ਤਾਂ ਇਸ ਲਈ ਉਹਨਾਂ ਦੇ ਲਈ ਕੋਈ ਕਨਫਿਊਜ਼ਨ ਨਹੀਂ ਸੀ, ਲੋਕ ਗਏ ਅਤੇ ਉਹਨਾਂ ਨੇ ਝਾੜੂ ਦੇ ਨਾਮ ਦੇ ਉੱਤੇ ਵੋਟਾਂ ਪਾ ਦਿੱਤੀਆਂ। ਹੁਣ ਆਪਾਂ ਪਵਨ ਕੁਮਾਰ ਟੀਨੂ ਦੇ ਹੱਕ ਦੇ ਵਿੱਚ ਪ੍ਰਚਾਰ ਦੀ ਗੱਲ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਉਂਦੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਦੇ ਦਿੱਤੀ ਜਾਂਦੀ ਹੈ ਅਤੇ ਭਰਵਾਂ ਹੁੰਗਾਰਾ ਵੀ ਕਹਿ ਸਕਦੇ ਹਾਂ ਕਿ ਜਿਵੇਂ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਗੁਰਦਾਸਪੁਰ ਰੈਲੀ ਹੋਵੇ ਚਾਹੇ ਅੰਮ੍ਰਿਤਸਰ ਦੇ ਵਿੱਚ ਹੋਵੇ ਅਤੇ ਆਮ ਆਦਮੀ ਪਾਰਟੀ ਨੂੰ ਮਿਲਿਆ। ਪਰ ਹੁਣ ਉੱਥੇ ਦੀ ਜੇਕਰ ਆਪਾਂ ਤਸਵੀਰ ਦੀ ਗੱਲ ਕਰ ਲਈਏ ਤਾਂ ਸਾਰੇ ਜਿਹੜੇ ਕੈਂਡੀਡੇਟ ਹੈ ਨਾ ਸਿਮਰਨਜੀਤ, ਉਹ ਸਾਰੇ ਸਟਰੋਂਗ ਕੈਂਡੀਡੇਟ ਆ, ਚਾਹੇ ਉਹ ਪਵਨ ਕੁਮਾਰ ਟੀ ਨੂੰ ਦੋ ਵਾਰ ਦੇ ਵਿਧਾਇਕ ਰਹੇ ਨੇ, 2000 ਤੋਂ ਉਹਨਾਂ ਨੇ ਆਪਣਾ ਕਰੀਅਰ ਸ਼ੁਰੂਆਤ ਕੀਤਾ, ਫਿਰ 2012 ਦੇ ਵਿੱਚ ਉਹ ਪੂਰੀ ਤਰੀਕੇ ਦੇ ਨਾਲ ਜਿਵੇਂ ਕਿ ਚੋਣਾਂ ਦੇ ਵਿੱਚ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ। ਪਰ ਪਵਨ ਕੁਮਾਰ ਟੀ ਨੂੰ ਹੋਣ, ਚਾਹੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਹੋਣ ਅਤੇ ਇਸੇ ਦੇ ਨਾਲ ਨਾਲ ਸੁਸ਼ੀਲ ਕੁਮਾਰ ਰਿੰਕੂ, ਹੁਣ ਮਹਿੰਦਰ ਸਿੰਘ KP ਜੋ ਕਿ ਸਾਬਕਾ ਸਪੀਕਰ ਵੀ ਰਹੇ ਨੇ, ਸਾਰਿਆਂ ਦਾ ਇੱਕ ਚੰਗਾ ਹੋਲਡ ਹੈ ਉੱਥੇ ਅਤੇ ਜਿੰਨੇ ਵੀ ਅਜਿਹੇ ਕੈਂਡੀਡੇਟਸ ਹੁੰਦੇ ਨੇ ਉਹਨਾਂ ਦੇ ਪਿੱਛੇ ਕੁਝ ਧੜੇ ਵੀ ਹੁੰਦੇ ਨੇ, ਉਹ ਪਰਟੀਕੁਲਰ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਜੁੜੇ ਹੁੰਦੇ ਨੇ ਅਤੇ ਹੁਣ ਇੱਕ ਫਸਵਾਂ ਮੁਕਾਬਲਾ ਹੋਣ ਦੇ ਨਾਲ ਨਾਲ ਇੱਕ ਇੰਟਰਸਟਿੰਗ ਵੀ ਹੋਵੇਗਾ ਅਤੇ ਕਾਂਟੇ ਦੀ ਟੱਕਰ ਜ਼ਰੂਰ ਇਹਨੂੰ ਕਹਿ ਸਕਦੇ ਹਾਂ, ਕਿਉਂਕਿ ਤਿੰਨ ਜਿਹੜੇ ਨੇ ਉਹ ਤਿੰਨੋਂ ਦੇ ਤਿੰਨੋਂ ਕੈਂਡੀਡੇਟ ਸਹੀ ਮਾਇਨੇ ਦੇ ਵਿੱਚ ਆਪਾਂ ਦੇਖੀਏ ਤਾਂ ਕਾਂਗਰਸ ਨੇ, ਚਾਹੇ ਉਹ ਸੁਸ਼ੀਲ ਕੁਮਾਰ ਰਿੰਕੂ ਪਿਛੋਕੜ ਜਿਹੜਾ ਹੈ ਉਹ ਕਾਂਗਰਸ ਦਾ ਹੈ, ਅਤੇ ਇਸੇ ਦੇ ਨਾਲ ਨਾਲ ਆਪਾਂ ਗੱਲ ਕਰ ਲਈਏ ਹੋਰ ਜਿਹੜੀਆਂ ਪਾਰਟੀਆਂ ਨੇ ਜਿਵੇਂ ਚਰਨਜੀਤ ਸਿੰਘ ਚੰਨੀ ਦੀ ਗੱਲ ਕਰ ਲਈਏ, ਉਹ ਵੀ ਕਾਂਗਰਸ, ਮਹਿੰਦਰ ਸਿੰਘ KP ਵੀ ਕਾਂਗਰਸ ਦੇ ਨੇ ਬਿਲਕੁਲ, ਤਾਂ ਸਿਰਫ ਇੱਕ ਇੱਕ ਅਜਿਹਾ ਕੈਂਡੀਡੇਟ ਪਵਨ ਕੁਮਾਰ ਟੀ ਨੂੰ ਜੇ ਅਸੀਂ ਗੱਲ ਕਰੀਏ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਤੋਂ, ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਮੈਨੂੰ ਲੱਗਦਾ ਕਿ ਕਾਫੀ ਜ਼ਿਆਦਾ ਜ਼ੋਰ ਲਗਾਉਣ ਦੀ ਜ਼ਰੂਰਤ ਹੈ, ਕਿਉਂਕਿ ਕਾਂਗਰਸ ਦੇ ਵੱਲੋਂ ਪਹਿਲਾਂ ਹੀ ਉੱਥੇ ਜਿਵੇਂ ਆਹੀ ਗੱਲ ਅਸੀਂ ਕੀਤੀ ਕਿ ਕਾਂਗਰਸ ਦਾ ਗੜ੍ਹ ਆ ਉਹ, ਤਾਂ ਕਾਂਗਰਸ ਦੇ ਜਿਹੜੇ ਪਹਿਲਾਂ ਹੀ ਕਾਂਗਰਸ ਤੋਂ ਆਏ ਹੋਏ ਨੇ ਜਿਹੜੇ ਜਿਵੇਂ ਚੰਡੀ ਸਿੰਘ ਚੰਨੀ ਆ, ਬਾਕੀ ਹੋਰਾਂ ਦੀ ਗੱਲ ਕਰ ਲਈਏ ਤਾਂ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਕਿ ਥੋੜ੍ਹਾ ਆਸਾਨ ਹੋਏਗਾ, ਪਰ ਆਮ ਆਦਮੀ ਪਾਰਟੀ ਨੂੰ ਜ਼ਿਆਦਾ ਜ਼ੋਰ ਲਗਾਉਣ ਦੀ ਲੋੜ ਪਵੇਗੀ।
ਤਾਂ ਬਿਲਕੁਲ ਗੱਲ ਕੀਤੀ ਜਾਵੇ ਹੁਣ ਹੌਟ ਸੀਟ 'ਤੇ ਬਿਲਕੁਲ ਇੰਟਰਸਟਿੰਗ ਇੱਥੇ ਵੀ ਜ਼ਰੂਰ ਜ਼ਿਕਰ ਕਰ ਲਈਏ ਜਾਂਦੇ ਜਾਂਦੇ ਕਿ ਜਲੰਧਰ ਦੇ ਵਿੱਚ ਇੱਕ ਨਵਾਂ ਸਿਆਪਾ ਜਿਹੜਾ ਖੜਾ ਹੋ ਗਿਆ ਹੈ ਚਰਨਜੀਤ ਚੰਨੀ ਦੇ ਜਿਹੜੇ ਪੋਸਟਰ ਲਗਵਾ ਕੇ ਵਾਇਰਲ ਕੀਤੇ ਜਾ ਰਹੇ ਨੇ ਉਹ ਦੱਸਿਆ ਜਾ ਰਿਹਾ ਹੈ ਕਿ ਵਿਕਰਮ ਚੌਧਰੀ ਦੇ ਵੱਲੋਂ ਹੀ ਜਿਹੜੇ ਪੋਸਟਰ ਨੇ ਉਹ ਲਗਵਾਏ ਜਾ ਰਹੇ ਨੇ ਅਤੇ ਇਸੇ ਦੇ ਨਾਲ ਨਾਲ ਹੁਣ ਇਹਨਾਂ ਪੋਸਟਰਾਂ ਦਾ ਕਿੰਨਾ ਕੁ ਅਸਰ ਹੋਵੇਗਾ ਮਤਲਬ ਕੈਰੈਕਟਰ ਨੂੰ ਲੈ ਕੇ ਜਿਹੜਾ ਹੈ ਉਹ ਇੱਕ ਵੱਖਰੇ ਤਰੀਕੇ ਦੇ ਸਵਾਲ ਖੈਰ ਅਸੀਂ ਟਿੱਪਣੀ ਦਾ ਕੋਈ ਖਾਸ ਨਹੀਂ ਕਰ ਸਕਦੇ ਹੈ ਕਿਸੇ ਨੂੰ ਲੈ ਕੇ ਵਿਕਰਮਜੀਤ ਦੇ ਵੱਲੋਂ ਇਸ ਤੇ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ ਗਿਆ ਪਰ ਮਹਿੰਦਰ ਸਿੰਘ ਕੇਪੀ ਦਾ ਇੱਕ ਵੱਡਾ ਬਿਆਨ ਜ਼ਰੂਰ ਸਾਹਮਣੇ ਆਇਆ ਸੀ ਉਹ ਕਹਿੰਦੇ ਸੀ ਵੀ ਮੈਂ ਇਸ ਗੱਲ ਨੂੰ ਅੱਗੇ ਵਧਾਉਣਾ ਨਹੀਂ ਚਾਹੁੰਦਾ ਇਸ ਗੱਲ 'ਤੇ ਕੋਈ ਵੀ ਗੱਲ ਕਰਨਾ ਨਹੀਂ ਚਾਹੁੰਦਾ ਪਰ ਇੰਨਾ ਜ਼ਰੂਰ ਸਾਫ਼ ਹੈ ਕਿ ਅਗਰ ਸਰਕਾਰਾਂ ਦੀ ਗੱਲ ਕੀਤੀ ਕਿਉਂਕਿ ਦੇਖੋ ਪਹਿਲਾਂ ਚਾਹੇ ਉਹ ਆਪਦੀ ਕਾਂਗਰਸ ਪਾਰਟੀ ਨੂੰ ਮਾਂ ਪਾਰਟੀ ਕਹਿੰਦੇ ਹੋਣਗੇ ਪਰ ਹੁਣ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਪਾਸਾ ਪਲਟਿਆ ਤਾਂ ਉਹ ਇਹ ਗੱਲ ਜ਼ਰੂਰ ਕਹਿੰਦੇ ਨੇ ਕਿ ਵੀ ਮੈਂ ਚੰਡੀ ਸਿੰਘ ਚੰਨੀ ਦੇ ਬਹੁਤ ਕਰੀਬੀ ਸੀ ਪਰ ਮੈਂ ਉਹਨਾਂ ਦੇ ਲਈ ਕੁਛ ਹੋਰ ਸ਼ਬਦ ਵਰਤਣਾ ਨਹੀਂ ਚਾਹੁੰਦਾ ਗੱਲ ਕਰਨਾ ਨਹੀਂ ਚਾਹੁੰਦਾ ਪਰ ਜੋ ਵੀ ਇਹ ਗੱਲ ਹੈ ਬੇਹੱਦ ਮੰਦਭਾਗੀ ਹੈ ਇਹ ਮਹਿੰਦਰ ਸਿੰਘ ਕੇਪੀ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਖੈਰ ਇਹ ਕੋਈ ਖਾਸ ਗੱਲ ਵੀ ਨਹੀਂ ਹੈਗੀ ਕਿਉਂਕਿ ਸਮਝੀ ਜੇਕਰ ਅਸੀਂ ਪਿਛਲੀਆਂ ਜਿਮਨੀ ਚੋਣਾਂ ਦੀ ਗੱਲ ਕਰ ਲਈਏ ਜਾਂ ਫਿਰ ਵਿਧਾਨ ਸਭਾ ਚੋਣਾਂ ਦੀ ਗੱਲ ਕਰ ਲਈਏ ਤਾਂ ਪਿਛਲੀ ਵਾਰ ਜਦੋਂ ਚੋਣਾਂ ਆ ਰਹੀਆਂ ਸੀ ਤਾਂ ਉਸ ਵੇਲੇ ਇੱਕ ਜ਼ਿਕਰ ਛਿੜ ਗਿਆ ਸੀ ਅਸ਼ਲੀਲ ਵੀਡੀਓ ਮਾਮਲੇ ਦਾ ਆਮ ਆਦਮੀ ਪਾਰਟੀ ਦੇ ਮੰਤਰੀ ਰਹੇ ਨੇ ਉਹਨਾਂ ਨੂੰ ਲੈ ਕੇ ਅਤੇ ਅਜਿਹੇ ਜਿਹੜੇ ਸ਼ਗੂਫੇ ਨੇ ਉਹ ਟਾਈਮ ਟੂ ਟਾਈਮ ਜਿਹੜੇ ਨੇ ਉਹ ਜਿਹੜੀਆਂ ਵਿਰੋਧੀ ਧਿਰਾਂ ਹੁੰਦੀਆਂ ਨੇ ਉਹਨਾਂ ਵੱਲੋਂ ਛੱਡੇ ਜਾਂਦੇ ਨੇ ਇਹਨਾਂ ਕੋਈ ਇਹਦਾ ਕੋਈ ਬਹੁਤਾ ਖਾਸਾ ਅਸਰ ਜਿਹੜਾ ਉਹ ਦੇਖਣ ਨੂੰ ਨਹੀਂ ਮਿਲਦਾ ਜਿੱਤ ਜਿਹੜੇ ਕੈਂਡੀਡੇਟ ਨੂੰ ਜਾਂ ਜਿਹੜੀ ਪਾਰਟੀ ਨੂੰ ਮਿਲਣੀ ਹੁੰਦੀ ਹੈ ਉਸੇ ਨੂੰ ਹੀ ਮਿਲਦੀ ਹੈ ਪਰ ਜਲੰਧਰ ਦਾ ਕੀ ਅਸਰ ਹੋਵੇਗਾ ਜਾਂ ਫਿਰ ਜਲੰਧਰ ਦੇ ਵਿੱਚ ਜਨਤਾ ਦਾ ਕੀ ਮਨ ਹੈ ਇਹ ਤਾਂ ਹੁਣ 4 ਜੂਨ ਨੂੰ ਹੀ ਪਤਾ ਲੱਗੇਗਾ ਜੀ ਬਿਲਕੁਲ 4 ਜੂਨ ਨੂੰ ਪਤਾ ਲੱਗੇਗਾ ਤਾਂ ਜ਼ਰੂਰ ਸਾਡੇ ਵੱਲੋਂ ਵੀ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਸੀਂ ਜ਼ਰੂਰ ਆਪਣੇ ਵੋਟ ਦਾ ਅਧਿਕਾਰ ਵਰਤੋ ਅਤੇ ਵੋਟ ਪਾਉਣ ਜ਼ਰੂਰ ਜਾਓ ਪੰਜਾਬ ਦੇ ਵਿੱਚ 4 ਜੂਨ ਨੂੰ ਵੋਟਾਂ ਪੈਣੀਆਂ ਨੇ ਅਤੇ ਜ਼ਰੂਰ ਅਸੀਂ ਚਾਹੁੰਦੇ ਹਾਂ ਕਿ ਸਾਰੇ ਹੀ ਜਿਨ੍ਹਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਆਪਦੇ ਅਧਿਕਾਰ ਦੀ ਜ਼ਰੂਰ ਵਰਤੋਂ ਕਰੋ ਅਤੇ ਨਾਲ ਹੀ ਅਸੀਂ ਜਲੰਧਰ ਸੀਟ 'ਤੇ ਅੱਜ ਮਮਤਾ ਚਰਚਾ ਕੀਤੀ ਹੈ ਅਤੇ ਮੈਨੂੰ ਲੱਗਦਾ ਕਿ ਸਮਾਂ ਵੀ ਸਾਨੂੰ ਹੁਣ ਇਜਾਜ਼ਤ ਨਹੀਂ ਦਿੰਦਾ ਤਾਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ ਤਾਂ ਬਿਲਕੁਲ ਤੁਹਾਡੇ ਅਨੁਸਾਰ ਜਲੰਧਰ ਤੋਂ ਕਿਹੜੇ ਕੈਂਡੀਡੇਟ ਦੀ ਜਿੱਤ ਹੋਣੀ ਚਾਹੀਦੀ ਹੈ ਜਾਂ ਫਿਰ ਕਿਹੜਾ ਕੈਂਡੀਡੇਟ ਜਿਹੜਾ ਮਜ਼ਬੂਤ ਇਸ ਵੇਲੇ ਤੁਹਾਡੇ ਅਨੁਸਾਰ ਹੈ ਤੁਸੀਂ ਵੀ ਕਮੈਂਟ ਦੇ ਜ਼ਰੀਏ ਜ਼ਰੂਰ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਦੇ ਲਈ ਮੈਨੂੰ ਅਤੇ ਸਿਮਰਜੀਤ ਨੂੰ ਦਿਓ ਇਜਾਜ਼ਤ ਅਤੇ ਤੁਸੀਂ ਦੇਖਦੇ ਰਹੋ ਫੈਕਟ ਨਿਊਜ਼ ਧੰਨਵਾਦ